ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਵਿੱਚ ਸ਼ਰਾਬ ਦੀ ਸਖਤ ਮਨਾਹੀ ਹੈ ਸ਼ਰਾਬ ਨੂੰ ਸ਼ਰਾਰਤ ਦਾ ਪਾਣੀ ਕਿਹਾ ਜਾਂਦਾ ਹੈ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਸ਼ਰਾਬ ਪੀਨ ਨਾਲ ਮਨੁੱਖ ਦੀ ਮੱਤ ਮਾਰੀ ਜਾਂਦੀ ਹੈ ਨਾ ਹੀ ਇਸ ਨੂੰ ਕਿਸੇ ਆਪਣੇ ਪਰਾਈ ਦੀ ਪਹਿਚਾਨ ਰਹਿ ਜਾਂਦੀ ਹੈ ਤੇ ਨਾ ਹੀ ਕਿਸੇ ਬੇਗਾਨੇ ਦੀ ਉਸ ਇਹ ਉਸ ਪਰਮਾਤਮਾ ਦੀ ਦਰਗਾਹ ਵਿੱਚੋਂ ਤੱਕੇ ਖਲਦੇ ਹਨ ਸਖਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ ਜੋ ਲੋਕ ਸ਼ਰਾਬ ਦਾ ਨਸ਼ਾ ਕਰਦੇ ਹਨ ਅਤੇ ਪਰਮਾਤਮਾ ਵੱਲੋਂ ਵੀ ਇਹਨਾਂ ਨੂੰ ਵਿਸਾਰ ਦਿੱਤਾ ਜਾਂਦਾ ਹੈ ਸਤਿਗੁਰੂ ਜੀ ਕਹਿ ਰਹੇ ਹਨ ਤਿਰਖਾਰ ਹੈ ਇਸ ਜ਼ਿੰਦਗੀ ਜਿਉਣ ਨੂੰ ਇੱਕ ਵਾਰ ਤਨ ਸਤਿਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਸ਼੍ਰੀ ਖਡੂਰ ਸਾਹਿਬ ਵਿਖੇ ਇੱਕ ਪਿੰਡ ਦਾ ਚੌਧਰੀ ਸੀ ਜਿਸ ਦਾ ਨਾਮ ਮਲੂਕਾ ਸੀ ਗੁਰਦੁਆਰਾ ਸ੍ਰੀ ਮੱਲਾ ਖਾੜਾ ਸੈਪ ਦੇ ਪਾਸ ਹੀ ਇਸ ਦੀ ਹਵੇਲੀ ਸੀ ਇਸ ਮਲੂਕ ਕੇ ਚੌਧਰੀ ਨੂੰ ਬੜੀ ਭੈੜੀ ਆਦਤ ਪਈ ਹੋਈ ਸੀ ਸ਼ਰਾਬ ਪੀਣ ਦੀ ਜਿਸ ਕਰਕੇ ਇਸ ਨੂੰ ਮਿਰਗੀ ਦੀ ਬਿਮਾਰੀ ਪੈਣ ਲੱਗ ਪਈ ਸੀ ਬੜੇ ਇਲਾਜ ਕਰਵਾਏ ਪਰ ਇਹ ਬਿਮਾਰੀ ਹਟਣ ਦਾ ਨਾਂ ਨਹੀਂ ਲੈ ਰਹੀ ਸੀ ਉਸ ਨੇ ਬਿਮਾਰੀ ਤੋਂ ਤੰਗ ਆ ਕੇ ਤਨਸ਼ੀਰੂਗਾਂ ਗੁਰੂ ਅੰਗਦ ਦੇਵ ਜੀ પાસે ਬੇਨਤੀ ਕੀਤੀ ਕਿ ਗਰੀਬ ਨਿਵਾਜ ਜੀਓ ਕਿਰਪਾ ਕਰੋ ਮੇਰੀ ਮਿਰਗੀ ਦੀ ਬਿਮਾਰੀ ਹਟਾਓ ਸਤਿਗੁਰਾਂ ਨੇ ਬਖਸ਼ਿਸ਼ ਕਰਦੇ ਹੋਏ ਬਚਨ ਕੀਤੇ ਮਲੂਕਾ ਚੌਧਰੀ ਤੂੰ ਸ਼ਰਾਬ ਦਾ ਸੇਵਨ ਕਰਦਾ ਹੈ ਸ਼ਰਾਬ ਪੀਂਦਾ ਹੈ ਤੂੰ ਸ਼ਰਾਬ ਛੱਡ ਦੇ ਤੈਨੂੰ ਮਿਰਗੀ ਨਹੀਂ ਪਵੇਗੀ ਪਰ ਇੱਕ ਗੱਲ ਚੇਤੇ ਰੱਖੀ ਜਦੋਂ ਤੱਕ ਤੂੰ ਸ਼ਰਾਬ ਨਹੀਂ ਪੀਵੇਂਗਾ ਉਦੋਂ ਤੱਕ ਤੈਨੂੰ ਮਿਰਗੀ ਦਾ ਦੌਰਾ ਨਹੀਂ ਪਵੇਗਾ ਪਰ ਜੇ ਫਿਰ ਸ਼ਰਾਬ ਪੀਤੀ ਤਾਂ ਤੈਨੂੰ ਇਹ ਬਿਮਾਰੀ ਫਿਰ ਭੋਗਣੀ ਪਵੇਗੀ ਸਤਿਗੁਰਾਂ ਅੱਗੇ ਬਚਨ ਕਰਕੇ ਮਲੂਕੇ ਚੌਧਰੀ ਨੇ ਸ਼ਰਾਬ ਪੀਣੀ ਛੱਡ ਦਿੱਤੀ ਤੇ 8 ਸਾਲ ਜਿਉਂਦਾ ਰਿਹਾ ਇੱਕ ਦਿਨ ਮਲੂਕੇ ਚੌਧਰੀ ਨੂੰ ਕਿਤੇ ਗਲਤ ਸੰਗਤ ਮਿਲ ਗਈ ਉਸ ਨਾਸਤਿਕ ਦੇ ਜੋਰ ਪਾਉਣ ਉੱਤੇ ਸਤਿਗੁਰਾਂ ਦਾ ਬਚਨ ਭੁੱਲ ਗਿਆ ਤੇ ਦੁਬਾਰਾ ਸ਼ਰਾਬ ਪੀ ਲਈ ਤੇ ਬੜਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਰੋਲਾ ਪਾਉਣ ਲੱਗ ਪਿਆ ਚੁਬਾਰੇ ਤੇ ਚੜ ਕੇ ਆਖਣ ਲੱਗਾ ਹੇ ਗੁਰੂ ਜੀ ਅੱਜ ਮੈਂ ਫਿਰ ਸ਼ਰਾਬ ਪੀ ਲਈ ਹੈ ਤੇ ਮੇਰਾ ਕੁਝ ਵਿਗੜਿਆ ਵੀ ਨਹੀਂ ਹੈ ਤੁਹਾਡਾ ਬਚਨ ਝੂਠਾ ਪੈ ਗਿਆ ਹੈ ਉਸ ਵਕਤ ਸਤਿਗੁਰੂ ਸਾਹਿਬ ਜੀ ਦਾ ਦੀਵਾਨ ਮਾਲਾ ਖਾੜੇ ਸੱਜਿਆ ਹੋਇਆ ਸੀ ਸਤਿਗੁਰਾਂ ਨੇ ਸਿੱਖਾਂ ਨੂੰ ਬਚਨ ਕੀਤਾ ਮਿਰਗੀ ਦੀ ਹੁਕਮ ਦੀ ਬੰਦੀ ਖੜੀ ਸੀ ਤੇ हे ਮਲੂਕੇ ਤੂੰ ਸਾਡਾ ਬਚਨ ਛੱਡਿਆ ਤੇ ਅਸੀਂ ਮਿਰਗੀ ਛੱਡੀ ਇਤਨਾ ਬਚਨ ਕਰਨ ਦੀ ਧੀਰ ਸੀ ਕਿ ਮਲੂਕਾ ਚੌਧਰੀ ਚਬਾਰੇ ਤੋਂ ਬੜੀ ਜੋਰ ਨਾਲ ਡਿੱਗਿਆ ਤੇ ਡਿੱਗਣ ਨਾਲ ਹੀ ਉਸ ਦੀ ਮੌਤ ਹੋ ਗਈ ਭਾਵ ਕਿ ਜਿੰਨੀ ਦੇਰ ਤੱਕ ਅਸੀਂ ਗੁਰੂ ਦੇ ਬਚਨ ਦੀ ਪਾਲਣਾ ਕਰਦੇ ਹਾਂ ਗੁਰੂ ਜੀ ਸਾਡੇ ਹਰ ਪ੍ਰਕਾਰ ਦੀ ਰੱਖਿਆ ਕਰਦੇ ਹਨ ਇਸ ਕਰਕੇ ਕਿਸੇ ਵੀ ਸਿੱਖ ਨੂੰ ਸ਼ਰਾਬ ਜਾਂ ਹੋਰ ਮਾੜੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਨਸ਼ਾ ਖਾਣ ਵਾਲੇ ਨੂੰ ਨੀਚ ਮੰਨਿਆ ਜਾਂਦਾ ਹੈ